ਅਕਸਰ ਹੀ ਸਰਕਾਰੀ ਹਸਪਤਾਲ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ। ਕਦੇ ਡਾਕਟਰਾਂ ਦੀ ਅਣਗਹਿਲੀ ਕਾਰਨ ਮਰੀਜ਼ ਪਰੇਸ਼ਾਨ ਹੁੰਦੇ ਰਹਿੰਦੇ ਨੇ ਤੇ ਕਦੇ ਡਾਕਟਰਾਂ ਦੇ ਆਪਸੀ ਵਿਵਾਦਿਤ ਮਸਲੇ ਸਾਹਮਣੇ ਆਉਂਦੇ ਰਹਿੰਦੇ ਨੇ। ਅਜਿਹਾ ਹੀ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ 'ਚ ਦੇਖਣ ਨੂੰ ਮਿਲਿਆ, ਜਿੱਥੇ ਦੋ ਡਾਕਟਰਾਂ ਦੀ ਸੀਨੀਅਰ ਡਾਕਟਰ ਨਾਲ ਬਹਿਸਬਾਜ਼ੀ ਹੋ ਗਈ। ਸੀਨੀਅਰ ਡਾਕਟਰ ਨੇ ਦੋਨਾਂ ਡਾਕਟਰਾਂ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਡਾਕਟਰਾਂ ਵੱਲੋਂ ਪ੍ਰਾਈਵੇਟ ਲੜਕੇ ਲੜਕੀਆਂ ਰੱਖੇ ਜਾ ਰਹੇ ਸੀ, ਜਿਸ ਕਾਰਨ ਉਹ ਕਾਫੀ ਉੱਚਾ ਨੀਵਾਂ ਵੀ ਬੋਲੇ ਸੀ। ਕੁਛ ਨਹੀਂ, ਐਜ਼ ਪਰ ਗਾਈਡਲਾਈਨਸ ਕੁਛ ਡਾਕਟਰਾਂ ਵੱਲੋਂ ਪ੍ਰਾਈਵੇਟ ਪਰਸਨ ਜਿਹੜੇ ਆ ਸਿਵਲ ਹਸਪਤਾਲ 'ਚ ਰੱਖੇ ਗਏ ਨੇ, ਉਹ ਮੈਨੂੰ ਜਦੋਂ ਪਤਾ ਲੱਗਾ ਤਾਂ ਮੈਂ ਇਹਨਾਂ ਨੂੰ ਸਟ੍ਰਿਕਟਲੀ ਜਿਹੜਾ ਰਿਟਰਨ ਆਰਡਰ ਕਰਕੇ ਵੀ ਕੋਈ ਵੀ ਡਾਕਟਰ ਦੇ ਨਾਲ ਪ੍ਰਾਈਵੇਟ ਪਰਸਨ ਜਿਹੜਾ ਉਹ ਨਹੀਂ ਹੋਏਗਾ। ਅਤੇ ਉਹਦੇ ਲਈ ਮੈਂ ਸਿਵਲ ਸਰਜਨ ਨੂੰ ਵੀ ਚਿੱਠੀ ਲਿਖੀ ਹੈ ਅਤੇ ਲੋਕਲ SHO ਨੂੰ ਵੀ ਲਿਖੀ ਹੈ ਕਿ ਕੋਈ ਵੀ ਪਰਸਨ ਜਿਹੜਾ ਆਪਣੇ ਨਾਲ ਪ੍ਰਾਈਵੇਟ ਪਰਸਨ ਨਾ ਰੱਖੇ। ਉਹ ਅੱਜ OT ਅਸਿਸਟੈਂਟ ਮੇਰੇ ਸ਼ਾਮ ਲਾਲ ਜੀ ਨੂੰ ਮੈਂ ਪੁੱਛਿਆ ਵੀ ਕੋਈ ਦੇਖ ਕੋਈ ਓਪਰੇਸ਼ਨ ਥੀਏਟਰ ਦੇ ਵਿੱਚ ਕੋਈ ਪ੍ਰਾਈਵੇਟ ਪਰਸਨ ਤਾਂ ਨਹੀਂ ਹੈਗਾ, ਤਾਂ ਇਹਨਾਂ ਨੇ ਮੈਨੂੰ ਦੱਸਿਆ ਵੀ ਇੱਕ ਕੋਈ ਲੜਕੀ ਨੀਤਾ ਹੈਗੀ ਆ ਜਿਹੜੀ ਕਿ ਮਨਜੀਤ ਬੱਬਰ ਨਾਲ ਕੇਸ ਕਰਾ ਰਹੀ ਹੈ। ਅਤੇ ਮੈਂ ਉਹਨਾਂ ਨੂੰ ਕੱਢਣ ਲਈ ਕਿਹਾ ਕਿ ਇਹਨੂੰ ਬਾਹਰ ਭੇਜੋ, ਅਤੇ ਮੈਂ ਵੀ ਥੀਏਟਰ 'ਚ ਜਿਹੜਾ ਉਹ ਆਪਣੇ ਪੁਲਿਸ ਮੁਲਾਜ਼ਮ ਨਾਲ ਲੈ ਕੇ ਗਿਆ। ਅਤੇ ਉਹ ਜਦੋਂ ਮੈਂ ਉੱਥੇ ਗਿਆ ਅਤੇ ਸਾਡੇ ਡਾਕਟਰਸ ਹੈਗੇ ਮੇਰੇ ਨਾਲ ਥੋੜ੍ਹਾ ਜਿਹਾ ਨਾਰਾਜ਼ ਹੋਏ ਵੀ ਸਾਡੇ ਨਾਲ ਤੁਹਾਨੂੰ ਤੁਸੀਂ ਕਿਉਂ ਮਤਲਬ ਵੀ ਕਹਿੰਦਾ ਮੇਰੇ ਨਾਲ ਉੱਚਾ ਨੀਵਾਂ ਉਹਨਾਂ ਨੇ ਬੋਲਿਆ। ਤਾਂ ਮੈਂ ਫਿਰ ਆਪਣੇ ਆ ਕੇ ਆਪਣੇ ਅਫਸਰ ਨੂੰ ਇਹਦੀ ਇਨਫੋਰਮੇਸ਼ਨ ਜਿਹੜੀ ਆ ਭੇਜਤੀ ਹੈ, ਡਾਕਟਰ ਮਨਜੀਤ ਅਤੇ ਡਾਕਟਰ ਦੀਪਕ। ਹੱਥੋਂ ਪਾਈ ਨਹੀਂ ਹੋਈ ਉਹਨਾਂ ਨੇ, ਮਤਲਬ ਉੱਚੀ ਬੋਲਿਆ ਉਹ, ਫਿਰ ਪੇਸ਼ੈਂਟ ਸਮਝਦੇ ਕਿ ਸ਼ਾਇਦ ਹੱਥੋਂ ਪਾਈ ਹੋਈ। ਪਤਾ ਨਹੀਂ ਹੁਣ ਕੀ ਕਹਿੰਦੇ ਆ ਵੀ ਉਹ ਆਪਣੇ ਹਿਸਾਬ ਨਾਲ ਚੱਲਣਾ ਚਾਹੁੰਦੇ ਨੇ। ਕੰਪਲੇਂਟਸ ਮੈਨੂੰ ਥੋੜ੍ਹੇ ਦਿਨਾਂ ਤੋਂ ਕੋਈ ਇੱਕ ਦੋ ਇਨਫੋਰਮੇਸ਼ਨ ਮਿਲੀਆਂ ਸੀਗੀਆਂ ਕਿ ਪ੍ਰਾਈਵੇਟ ਕੋਈ ਪੱਤਰਕਾਰਾਂ ਨੇ ਇੱਕ ਦੋਵਾਂ ਨੇ ਦੱਸਿਆ ਸੀਗਾ, ਉਦੋਂ ਤੋਂ ਬਾਅਦ ਮੈਂ ਥੋੜ੍ਹੀ ਸਖਤੀ ਕਰਤੀ ਆ ਵੀ ਕੋਈ ਵੀ ਬੰਦਾ ਪ੍ਰਾਈਵੇਟ ਪਰਸਨ ਨਾ ਰੱਖੇ। ਹਾਂ, ਹੋ ਸਕਦਾ ਮੈਂ ਆਪਣੇ ਆਫਿਸ ਨੂੰ ਲਿਖ ਕੇ ਭੇਜਿਆ। ਇਸ ਦੇ ਨਾਲ ਹੀ ਅਸਿਸਟੈਂਟ ਆਪਰੇਸ਼ਨ ਥੀਏਟਰ ਦੇ ਡਾਕਟਰ ਦਾ ਕਹਿਣਾ ਹੈ ਕਿ ਡਾਕਟਰਾਂ ਵੱਲੋਂ ਪ੍ਰਾਈਵੇਟ ਬੰਦੇ ਬੁਲਾਏ ਜਾਂਦੇ ਨੇ ਤੇ ਉਹਨਾਂ ਨੂੰ ਕਹਿਣ ਤੇ ਉਹ ਸੀਨੀਅਰ ਡਾਕਟਰਾਂ ਨਾਲ ਥੋੜਾ ਝਗੜੇ ਵੀ ਨੇ। ਸਵੇਰ ਤੋਂ ਲੈ ਕੇ 2 ਵਜੇ ਤੱਕ ਤੇ ਕੋਈ ਪ੍ਰਾਈਵੇਟ ਬੰਦਾ ਨਹੀਂ ਵੜਿਆ ਅੰਦਰ। ਉਸ ਤੋਂ ਬਾਅਦ ਮੈਂ ਥੱਲੇ ਮਸ਼ੀਨਾਂ ਤੇ ਜਿਹੜੀਆਂ ਹੋਰੀਜੈਂਟਲ ਮਸ਼ੀਨਾਂ 3 ਫੇਸ ਤੇ ਚੱਲਦੀਆਂ, ਥੋੜਾ ਸਮਾਨ ਉੱਪਰ ਖਤਮ ਹੋ ਗਿਆ ਤੇ ਮੈਂ ਥੱਲੇ ਆ ਗਿਆ। ਥੱਲੇ ਆਣ ਕਰਕੇ ਉਹ ਜਿਹੜੀ ਕੁੜੀ ਸੀ ਆ ਨੀਤਾ, ਉਹ ਅੰਦਰ ਚੱਲ ਗਈ OT 'ਚ। ਉਹਨੂੰ ਕੁੜੀ ਨੂੰ ਮੈਂ ਕਿਹਾ ਕਿ ਬਿਨਾਂ ਪਰਮਿਸ਼ਨ ਤੋਂ ਤੂੰ ਅੰਦਰ ਆ ਗਈ ਆ ਤਾਂ ਤੂੰ ਬਾਹਰ ਚੱਲ ਜਾ। ਉਹਦੇ ਵਿੱਚ ਡਾਕਟਰ ਬੱਬਰ ਨੇ ਥੋੜ੍ਹਾ ਇਤਰਾਜ਼ ਕੀਤਾ ਮੇਰੇ ਨਾਲ, ਮਨਜੀਤ ਬੱਬਰ, ਉਹਨਾਂ ਨੇ ਥੋੜ੍ਹਾ ਮੇਰੇ ਨਾਲ ਨਾਰਾਜ਼ ਹੋ ਗਏ ਮੇਰੇ ਨਾਲ ਵੀ ਅਸੀਂ ਨਹੀਂ ਬਾਹਰ ਕੱਢਣਾ ਉਹਦੇ ਕਰਕੇ ਪ੍ਰਾਈਵੇਟ ਬੰਦੇ ਨੂੰ ਕਿ ਸਾਡਾ OT ਦਾ ਕੰਮ ਨਹੀਂ ਚੱਲਦਾ। ਉਹਦੇ ਵਿੱਚ ਮੈਂ ਫਿਰ SMO ਸਾਹਿਬ ਨੂੰ ਨੋਟਿਸ 'ਚ ਲਿਆਂਦਾ ਕਿ ਉਹ ਮੈਨੂੰ ਇਨਕਾਰ ਕਰਦੇ ਪਏ ਆ। ਅਤੇ SMO ਸਾਹਿਬ ਵੀ ਉੱਪਰ ਆਏ ਤਾਂ ਉਹਨਾਂ ਨੇ ਵੀ ਪੋਲਾਈਟਲੀ ਉਹਨਾਂ ਨੂੰ ਕਿਹਾ ਕਿ ਪ੍ਰਾਈਵੇਟ ਬੰਦੇ ਜਿਹੜੇ ਆ ਉਹ ਬਾਹਰ ਕੱਢੋ। ਅਤੇ ਉਹ ਥੋੜ੍ਹਾ ਮਾੜਾ ਚੰਗਾ ਬੋਲਣ ਲੱਗ ਪਏ ਸਾਹਿਬ ਨਾਲ ਵੀ। ਅਤੇ ਉਹ ਕੁੜੀ ਤਾਂ ਉਸ ਟਾਈਮ ਦੌੜ ਗਈ ਅਤੇ ਉਸ ਤੋਂ ਬਾਅਦ ਪ੍ਰਾਈਵੇਟ ਬੰਦਾ ਫਿਰ ਉਸ ਤੋਂ ਬਾਅਦ ਕੋਈ ਨਹੀਂ ਆਇਆ। ਸਾਹਿਬ ਨਾਲ ਮਾੜਾ ਚੰਗਾ ਬੋਲੇ ਆ, ਮਤਲਬ ਕਿ ਹੱਥੀ ਤਾਂ ਨਹੀਂ ਪਏ, ਚਲੋ ਉਹਨਾਂ ਨੂੰ ਵੀ ਸ਼ਰਮ ਸੀ ਕਿ ਸਾਡੇ ਬੌਸ ਆ, ਅਤੇ ਮਾੜਾ ਚੰਗਾ ਬੋਲੇ ਆ। ਪਰ ਦੀਪਕ ਅਤੇ ਡਾਕਟਰ ਬੱਬਰ ਸੀ, ਮਨਜੀਤ ਬੱਬਰ, ਡਾਕਟਰ ਮਨਜੀਤ ਬੱਬਰ। ਜ਼ਿਆਦਾ ਤਾਂ 1.5 ਮਹੀਨਾ ਹੋ ਗਿਆ ਕਿ ਪ੍ਰਾਈਵੇਟ ਬੰਦਿਆਂ ਨੂੰ ਬੰਦ ਕੀਤਾ ਜਾਏ, ਥੋੜ੍ਹੀ ਕੰਪਲੇਂਟ ਜ਼ਿਆਦਾ ਆਉਣ ਲੱਗ ਪਈ ਸੀ ਇਹਨਾਂ ਦੀ, ਅਤੇ ਚਿੱਠੀਆਂ ਵੀ ਕੱਢੀਆਂ ਬੌਸ ਨੇ SMO ਸਾਹਿਬ ਨੇ ਕਿ ਮਨਾ ਕੀਤਾ ਜਾਏ। ਸਿਵਲ ਸਿੰਘ ਸਾਹਿਬ ਦੇ ਨੋਟਿਸ 'ਚ ਵੀ ਗੱਲ ਲਿਆਂਦੀ ਸੀ, ਫਿਰ SMO ਸਾਹਿਬ ਮੈਨੂੰ ਵੀ ਕਹਿਣ ਲੱਗ ਪਏ ਕਿ ਪ੍ਰਾਈਵੇਟ ਬੰਦੇ ਮਨਾ ਕਰਨੇ ਆ, ਅਤੇ ਮੈਂ ਤਾਂ ਤਕਰੀਬਨ ਕੰਟਰੋਲ ਕਰਦਾ ਸੀ ਉਹਨਾਂ 'ਤੇ। ਇਸ ਮਸਲੇ ਬਾਰੇ ਡਾਕਟਰ ਨੇ ਆਪਣੇ 'ਤੇ ਲੱਗ ਰਹੇ ਇਹਨਾਂ ਇਲਜ਼ਾਮਾਂ ਨੂੰ ਝੂਠਾ ਦੱਸਿਆ ਅਤੇ ਕਿਹਾ ਕਿ ਕੋਈ ਪ੍ਰਾਈਵੇਟ ਲੜਕਾ ਜਾਂ ਫਿਰ ਲੜਕੀ ਨਹੀਂ ਰੱਖੀ ਗਈ ਅਤੇ ਡਾਕਟਰਾਂ ਵੱਲੋਂ ਇਸ ਮਸਲੇ ਦਾ ਕਾਰਨ ਕੋਈ ਹੋਰ ਹੀ ਦੱਸਿਆ। ਅਸੀਂ ਕਿਸੇ ਤਰ੍ਹਾਂ ਦੇ ਪ੍ਰਾਈਵੇਟ ਬੰਦੇ ਨਹੀਂ ਰੱਖੇ ਜੀ,
ਕੋਈ ਇੱਥੇ ਕੋਈ ਪ੍ਰਾਈਵੇਟ ਬੰਦਾ ਨਹੀਂ ਆਉਂਦਾ, ਸਿਰਫ ਸਰਕਾਰੀ ਬੰਦਿਆਂ ਦਾ ਕੰਮ ਚੱਲਦਾ। ਬਿਲਕੁਲ ਬੇਬੁਨਿਆਦ ਇਲਜ਼ਾਮ ਹੈ। ਸਿਰਫ ਉਹਨੇ ਕੁਛ ਉਹਦੇ ਆਪਣੇ ਪ੍ਰਾਈਵੇਟ ਆਪਣੇ ਪਰਸਨਲ ਇੰਟਰਸਟ ਨੇ ਜਿਹੜੇ ਅਸੀਂ ਪੂਰੇ ਨਹੀਂ ਕਰ ਰਹੇ, ਜਿਹਨਾਂ ਕਰਕੇ ਉਹ ਕਹਿੰਦਾ ਮੈਂ ਤੁਹਾਨੂੰ ਕੰਮ ਨਹੀਂ ਕਰਨ ਦੇਣਾ, ਜਿਹਦੇ ਕਰਕੇ ਉਹਨੇ ਸਾਰਾ ਡਰਾਮਾ ਕਰ ਰਹੇ। ਕੋਈ ਇਹੋ ਜਿਹੀ ਕੁੜੀ ਨਹੀਂ ਆਉਂਦੀ ਇੱਥੇ, ਨਾ ਹੀ ਇੱਥੇ ਕੋਈ ਹੈਗੀ ਆ, ਅਤੇ ਇਹਦੇ ਨਾਲ ਇਹਦੇ ਬਾਰੇ ਮੈਨੂੰ ਕੁਛ ਨਹੀਂ। ਪ੍ਰਾਈਵੇਟ ਬੰਦੇ ਕਾਹਦੇ ਵਾਸਤੇ ਆਉਣਗੇ ਆਪਰੇਸ਼ਨ 'ਚ? ਜਦੋਂ ਸਰਕਾਰੀ ਹੈਗੇ ਆ ਤਾਂ ਫਿਰ ਪ੍ਰਾਈਵੇਟ ਕਾਹਦੇ ਵਾਸਤੇ ਆਉਣਗੇ? SMO ਦੇ ਪਰਸਨਲ ਕੁਛ ਇੰਟਰਸਟ ਹੈਗੇ ਆ ਜਿਹੜੇ ਅਸੀਂ ਨਹੀਂ ਪੂਰੇ ਕਰ ਪਾ ਰਹੇ ਡਾਕਟਰ, ਜਿਹਦੇ ਕਰਕੇ ਮੈਂ ਉਹਨਾਂ ਦਾ ਨਾਂ ਹਜੇ ਨਹੀਂ ਲਾਂਗਾ, ਬਾਅਦ 'ਚ ਜ਼ਰੂਰ ਦੱਸਾਂਗਾ ਕੀ ਪਰਸਨਲ ਹੈਗੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV। ਦੁਨੀਆ ਭਰ ਦੀ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਦਬਾਓ ਬੈਲ ਬਟਨ ਐਂਡ ਆਲਸੋ ਲਾਈਕ ਆਰ ਫੇਸਬੁੱਕ ਪੇਜ।